ਮੈਂ ਖੁਦ ਦਰਬਾਰ ਸਾਹਿਬ ਜਾਣਾ ਸਾਂ ਹੁਣ ਤੋਂ 30 ਸਾਲ ਪਹਿਲੇ ਤੇ ਅੰਦਰ ਅਰਦਾਸ ਕਰਨ ਵੇਲੇ ਹੁੰਦਾ ਸੀ ਵੀ ਗੁਰੂ ਰਾਮਦਾਸ ਤੁਹਾਡੇ ਕੋਲ ਆਏ ਆ, ਰੱਬ ਵੱਖਰਾ ਲੱਭਣਾ, ਆਖੋ ਸਤਨਾਮ, ਤੁਹਾਡੇ ਕੋਲ ਆਏ ਆ ਰੱਬ ਵੱਖਰਾ ਲੱਭਣਾ, ਤੁਸੀਂ ਹੋਰੋ ਰੱਬ ਹੋ। ਜੇ ਪੌੜੀ ਨਹੀਂ ਸੀ ਚੜਿਆ ਵੀ ਆਪਣੇ ਗੁਰੂ ਤੇ ਪਰਮੇਸ਼ਰ ਭਾਵਾਂ, ਜਿਉਂ ਜਿਉਂ ਗੁਰਬਾਣੀ ਪੜ੍ਹੀ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਹਰ ਜੀਓ ਨਾਮ ਭਰਿਓ ਰਾਮਦਾਸ, ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ, ਹਰੀ ਵੱਖਰਾ ਗੁਰੂ ਵੱਖਰਾ ਸਮੇਂ, ਹਰ ਜੀਓ ਨਾਮ ਭਰਿਓ ਰਾਮਦਾਸ। ਹਰੀ ਨੇ ਨਾਮ ਉਡਾ ਕੇ ਰਾਮਦਾਸ ਰੱਖ ਲਿਆ, ਗੁਰੂ ਰਾਮਦਾਸ ਆਪ ਹਰੀ ਨੇ। ਜਿਉਂ ਜਿਉਂ ਭੱਟਾਂ ਦੇ ਸੋਈਏ ਪੜੇ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਇਤੋਂ ਤੋਂ ਸਦਾ ਮੁਕਤੇ। ਗੁਰੂ ਨਾਨਕ ਨੂੰ ਪਰਸ ਲਿਆ, ਇੱਥੇ ਵੀ ਮੁਕਤੀ ਉੱਥੇ ਵੀ। ਜਿਉਂ ਜਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ, ਸਾਰੇ ਮੁੰਡਿਆਂ ਨੇ ਪ੍ਰਮਾਣ ਦੇਣੇ ਸੀ, ਸਮਾਂ ਵਿਚਾਰ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਈ ਭੇ। ਫਿਰ ਇਹ ਪੌੜੀ ਮਿਲੀ ਰੱਬ ਸਾਹਮਣੇ ਵੀ ਆ ਜਾਏ, ਇਹੋ ਜਿਹੀਆਂ ਬੈਟਰੀਆਂ ਚਾਰਜ ਰੱਖੋ, ਤੁਹਾਡੇ ਸਾਹਮਣੇ ਰੱਬ ਵੀ ਆ ਜਾਏ, ਰੱਬ ਨੂੰ ਵੀ ਨਿਮਰਤਾ ਚ ਪਿਆਰ ਚ ਕਹਿ ਦੇਣਾ, ਦਰਸ਼ਨ ਦੇਣੇ ਹੀ ਤੇ ਕਲਗੀਆਂ ਵਾਲੇ ਦੇ ਰੂਪ ਜੇ ਦੇ, ਐਡਾ ਪਿਆਰ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਗੁਰ ਗੋਬਿੰਦ ਪਾਰ ਮੇਰਾ ਗੁਰੂ ਗੋਬਿੰਦ ਸਿੰਘ, ਗੁਰ ਗੋ ਇੱਕ ਗੱਲ ਸੋਚੋ, ਜੇ ਆਪਾਂ ਮਰਨ ਤੋਂ ਪਹਿਲੇ ਪੌੜੀ ਨਾ ਚੜੇ, ਗੁਰੂ ਗੋਬਿੰਦ ਸਿੰਘ ਰੱਬ ਨਾ ਵੇਖਿਆ ਉਹਨਾਂ, ਫਿਰ ਸਾਡੇ ਤੋਂ ਇੱਕ ਮੁਸਲਮਾਨ ਪੀਰ ਭੀਕਣ ਸ਼ਾਹ ਅੱਗੇ ਹੈ, ਆਖੋ ਸਤਨਾਮ, ਫਿਰ ਉਹ ਅੱਗੇ ਹੈ। ਆ ਜਿਹੜੀ ਆ ਰਹੀ ਹੈ ਕੋਸ ਉਹਦੀ ਸਤਵੀਂ ਵਾਲਾ ਦਿਨ ਨੇ, 17 ਜਨਵਰੀ, ਉਸ ਦਿਨ ਪੀਰ ਭੀਖਣ ਸ਼ਾਹ ਨੇ ਪੂਰਬ ਵੱਲ ਸਜਦਾ ਕੀਤਾ। ਤੁਹਾਨੂੰ ਸਭ ਨੂੰ ਪਤਾ ਹਿੰਦੂ ਧਰਮ ਜੇ ਪੂਰਬ ਵੱਲ ਕਰਦੇ ਹੈ, ਮੁਸਲਮਾਨ ਧਰਮ ਵਿੱਚ ਪੱਛਮ ਵੱਲ ਸਜਦਾ ਕਰਦੇ ਹੈ, ਸਿੱਖ ਧਰਮ ਵਿੱਚ ਕੋਈ ਵਹਿਮ ਨਹੀਂ, ਸਾਰੇ ਪਾਸੇ ਉਹਦੀ ਜੋਤ, ਆਖੋ ਸਤਨਾਮ।
ਮੁਸਲਮਾਨ ਧਰਮ ਪੱਛਮ ਵੱਲ ਕਰਦੇ। ਆਨੰਦਵੀਰ ਸਿੰਘ ਅੰਦਰ ਬਾਹਰ ਆਉਂਦੇ ਰਹਿੰਦੇ ਆ, ਭਾਈ ਅਮਨਦੀਪ ਸਿੰਘ ਜੀ ਵੀ, ਅਸੀਂ ਹੁਣ ਥੋੜਾ ਜਿਹਾ ਪਹਿਰਾ ਇੱਥੇ ਦਾ ਹੀ ਰੱਖਿਆ। ਹਵਾਈ ਅੱਡੇ ਤੇ ਦੂਜੇ ਜਹਾਜ਼ ਦਾ ਕਿਤੇ ਵਕਫਾ ਹੋਵੇ ਤੇ ਕਈ ਵਾਰੀ ਚਾਰ ਚਾਰ ਘੰਟੇ ਬਹਿਣਾ ਪੈਂਦਾ ਭਾਈ, ਛੇ ਛੇ ਘੰਟੇ, ਪੰਜ ਪੰਜ ਘੰਟੇ। ਦਿੱਲੀ ਹਵਾਈ ਅੱਡੇ ਵਾਲਿਆਂ ਨੇ ਪ੍ਰੇਅਰ ਰੂਮ ਬਣਾਇਆ ਵੀ ਤੁਸੀਂ ਜੇ ਚਾਰ ਘੰਟੇ ਵੇਟ ਕਰਨੀ, ਆਪਣਾ ਨੇਮ ਕਰਨਾ, ਉਹ ਕਮਰੇ ਹੀ ਕਰ ਸਕਦੇ। ਹਿੰਦੂ ਧਰਮ ਦੇ ਕਿਸੇ ਵੀਰ ਨੇ ਆਪਣੀ ਪੂਜਾ ਕਰਨੀ ਕਰ ਸਕਦਾ, ਮੁਸਲਮਾਨ ਵਾਲਾ ਉਹ ਵੀ ਥੋੜ੍ਹੇ ਥੋੜ੍ਹੇ ਵਕਫੇ 'ਚ ਪ੍ਰੇਅਰ ਰੂਮ ਬਣੇ। ਉਹ ਇੱਕ ਦਿਨ ਅਸੀਂ ਵੀ ਚਾਰ ਘੰਟੇ ਸੀ, ਮੈਂ ਕਿਹਾ ਚਲੋ ਬਾਹਰ ਕਦੀ ਕੋਈ ਮਿਲਦਾ ਕਦੀ ਕੋਈ ਮਿਲਦਾ, ਗੱਲ ਹੋ ਜਾਂਦੀ ਹੈ, ਥੋੜ੍ਹਾ ਸਾਈਡ ਦੇ ਇਕੱਲਿਆਂ ਬਹਿ ਜਾਂਗੇ। ਮੈਂ ਅੰਦਰ ਵੜਿਆ ਤੇ ਮੁਸਲਮਾਨ ਵੀਰਾਂ ਲਈ ਉਸ ਕਮਰੇ 'ਚ ਜਿੱਧਰ ਪੱਛਮ ਹੈ ਉੱਧਰ ਤੀਰ ਦਿੱਤਾ ਹੋਇਆ, ਉੱਧਰ ਤੀਰ ਦਿੱਤਾ ਹੋਇਆ ਵੀ ਹਵਾਈ ਅੱਡੇ ਤੇ ਕਿਸੇ ਮੁਸਲਮਾਨ ਵੀਰ ਨੇ ਉੱਥੇ ਆਪਣੀ ਪ੍ਰੇਅਰ ਕਰਨੀ ਹੋਵੇ, ਨਮਾਜ਼ ਪੜ੍ਹਨੀ ਹੋਵੇ ਤੇ ਉਹਨੂੰ ਪਤਾ ਹੀ ਨਾ ਲੱਗੇ ਪੱਛਮ ਕਿੱਧਰ ਹੈ, ਉਹਨੂੰ ਸੌਖਾ ਲੱਗ ਪਏ। ਜਿੱਧਰ ਪੱਛਮ ਹੈ ਨਾ ਉੱਧਰ ਤੀਰ ਦਿੱਤਾ ਕੰਨ ਤੇ ਪ੍ਰੇਅਰ ਰੂਮ ਦੇ ਉਹਨਾਂ ਵਾਸਤੇ। ਲੇਕਿਨ ਜਿਹੜਾ ਉਸ ਦੀ ਸਤਵੀਂ ਦਾ ਦਿਨ, ਉਸ ਦਿਨ ਪੀਰ ਭੀਖਣ ਸ਼ਾਹ ਨੇ ਸਿਜਦਾ ਪੂਰਵ ਵੱਲ ਕੀਤਾ। ਸਾਰੇ ਚੇਲੇ ਆਪਾਂ 'ਚ ਗੱਲਾਂ ਕਰਦੇ, ਗਲਤੀ ਲੱਗ ਗਈ ਪੀਰ ਜੀ ਨੂੰ, ਗਲਤੀ ਲੱਗ ਗਈ, ਹੁਣ ਸਿਜਦੇ ਜੁੜੇ ਪਏ ਆ, ਛੇੜ ਵੀ ਨਹੀਂ ਸਕਦੇ। ਬਾਲੇ ਉਹਨਾਂ ਦੀ ਭਗਤੀ ਸੀ, ਕੋਈ ਮੁੱਖ ਜਾਂ ਵਜਨ ਨਾ ਕੱਢਦੇ। ਲੇਕਿਨ ਜਦੋਂ ਉਹਨਾਂ ਨੇ ਸਜਦਾ ਖਤਮ ਕੀਤਾ, ਇੱਕ ਦੂਜੇ ਤੋਂ ਹਰ ਕੋਈ ਕਾਲਾ, ਮੈਂ ਗਲਤੀ ਦੱਸਾਂ ਮੈਂ ਦੱਸਾਂ, ਦੋਵਾਂ ਚਾਰਾਂ ਪੰਜਾਂ ਇਕੱਠਿਆਂ ਹੀ ਦੱਸਿਆ, ਵੀਰ ਜੀ ਅੱਜ ਗਲਤੀ ਲੱਗ ਗਈ, ਆਪਣੇ ਪੱਛਮ ਵੱਲ ਸਜਦਾ ਕਰਦੇ ਤੁਸੀਂ ਅੱਜ ਪੂਰਬ ਵੱਲ। ਉਹ ਪਹੁੰਚਿਆ ਫਕੀਰ, ਕਹਿੰਦੇ ਉਹ ਭੋਲੇ ਹੋ, ਗਲਤੀ ਨਹੀਂ ਲੱਗੀ, ਜਿਸ ਅੱਲਾ ਨੂੰ ਮੈਂ ਰੋਜ਼ ਪੱਛਮ ਵੱਲ ਸਜਦਾ ਕਰਦਾ, ਅੱਜ ਆਪ ਅੱਲਾ ਪੂਰਬ ਵਾਲੇ ਬੰਨੇ ਧਰਤੀ ਤੇ ਆਇਆ। ਕਿੱਡੀ ਮੈਂ ਹੁਣ ਅਗਲੀ ਸਾਖੀ ਨਹੀਂ ਲੈਂਦਾ, ਟਾਈਮ ਬਚੇ ਉਹਨਾਂ ਜਿੱਦ ਕੀਤੀ ਦਰਸ਼ਨ ਕਰਾਓ, ਉਦੋਂ ਕੋਈ ਪੈਦਲ ਸਫ਼ਰ ਦੀ ਜਾਂ ਇਸ ਤਰ੍ਹਾਂ ਦੀ ਕਈ ਮਹੀਨੇ ਪਹੁੰਚਣ, ਜਿਵੇਂ ਦੋ ਕੁੱਜੀਆਂ ਦੀ ਕਥਾ। ਪੀਰ ਜੀ ਨੇ ਪਹਿਲੇ ਦਰਸ਼ਨ ਨਹੀਂ ਸੀ ਕਰਨ ਦੇ, ਮਾਤਾ ਜੀ ਮਾਮਾ ਕਿਰਪਾਲ ਚੰਦ ਜੀ ਪਤਾ ਨਹੀਂ ਕੌਣ ਨੇ, ਫਿਰ ਉਹਨਾਂ ਨੇ ਕਿਹਾ ਵੀ ਮੈਂ ਤਾਂ ਅੰਨ ਦਾ ਦਾਣਾ, ਵੀ ਮੈਂ ਭਾਵਨਾ ਨਾਲ ਆਇਆ, ਮੈਂ ਅੰਨ ਦਾ ਦਾਣਾ ਪਾਣੀ ਮੁੱਖ ਨਹੀਂ ਲਾਣਾ ਜਦ ਤੱਕ ਬਾਲਕ ਦੇ ਦਰਸ਼ਨ ਨਹੀਂ। ਤੇ ਜਦੋਂ ਕਰਾਇਆ ਦੋ ਕੁੱਜੀਆਂ, ਕਿਤੇ ਲਿਖਿਆ ਕਿ ਦੁੱਧ ਇੱਕ 'ਚ ਪਾਣੀ, ਕਿਤੇ ਇੱਕ 'ਚ ਮਿਸ਼ਰੀ, ਇੱਕ 'ਚ ਕੁਝ ਹੋਰ। ਮਹਾਰਾਜ ਨੇ ਜਦੋਂ ਬਾਹਰ ਲਿਆਏ ਦਰਸ਼ਨ ਕਰਾਏ ਉਹਨਾਂ ਦੋ ਕੁੱਜੀਆਂ, ਮਹਾਰਾਜ ਨੇ ਲੜਾਈ ਲਈ, ਅਜੇ ਕੁਝ ਮਹੀਨਿਆਂ ਦੀ ਉਮਰ ਸੀ,
ਸੁਣਿਆ ਵੀ ਪੁੱਤਰਾਂ ਤੂੰ ਸਤਿਗੁਰ ਜਿਉਂ ਜੂਗੀ ਆਪ ਆਪੇ ਪਰਮੇਸ਼ਰ। ਜਦੋਂ ਦੋਵਾਂ ਗੁਜੀਆਂ ਤੇ ਅੰਗੜਾਈ ਲੈ ਕੇ ਹੱਥ ਰੱਖਦੇ ਸਾਰੇ ਚੇਲੇ ਕਹਿੰਦੇ ਮਹਾਰਾਜ ਇਹ ਕਹਿੰਦੇ ਮੇਰਾ ਅੰਦਰ ਦਾ ਰਮਜ ਦਾ ਸਵਾਲ ਸੀ ਵੀ ਜੇ ਪਾਣੀ ਵਾਲੀ ਗੁਜੀ ਤੇ ਰੱਖਣਗੇ ਤੇ ਹਿੰਦੂਆਂ ਦੇ ਗੁਰੂ ਹੋਣਗੇ, ਜੇ ਦੁੱਧ ਵਾਲੀ ਤੇ ਰੱਖਣਗੇ ਤੇ ਮੁਸਲਮਾਨਾਂ ਦੇ ਪੀਰ ਹੋਣਗੇ। ਤੇ ਮੈਂ ਆਪਣਾ ਸਵਾਲ ਪੁੱਛਿਆ ਸੀ ਕੌਣ ਹੋ, ਉਹਨਾਂ ਨੇ ਦੋਵਾਂ ਤੇ ਰੱਖ ਕੇ ਕਹਿਤਾ ਪਰ ਸਾਰਿਆਂ ਦੇ ਸਾਂਝੇ ਆ, ਸਾਰਿਆਂ ਦੇ ਸਾਂਝੇ। ਸਾਰੇ ਵਰਲਡ ਤੋਂ ਮਹਿੰਗੀ ਜ਼ਮੀਨ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸੁੱਚੇ ਸਰੀਰ ਦਾ ਸੁੱਚਾ ਅੰਤਮ ਸੰਸਕਾਰ ਉਹ ਲਈ ਕਿ ਨਹੀਂ ਆਖੋ ਸਾਥ ਹਾਂ ਸਾਂਝੇ ਸੀ ਨਾ ਟੋਡਰ ਮੱਲ ਸਿੱਖ ਸੀ। ਇੱਕ ਐਲਾਨ ਹੋਇਆ ਹੋਵੇ ਵੀ ਪਰਿਵਾਰ ਸਮੇਤ ਕੋਹਲੂ ਚ ਪੀੜ ਦਿਆਂਗੇ, ਜਿਹਨਾਂ ਨੇ ਸਾਹਿਬਜ਼ਾਦਿਆਂ ਜਾਂ ਮਾਤਾ ਜੀ ਦੀ ਕੋਈ ਸੇਵਾ ਬਾਰੇ ਫੁਰਨਾ ਵੀ ਬਣਾਇਆ। ਉਦੋਂ ਢੋਲ ਹੁੰਦੇ ਸੀ, ਢੋਲ ਵੱਜਣਾ ਥੋੜੇ ਜਿਹੇ ਫੁੱਟ ਜਾ ਕੇ ਫਿਰ ਢੋਲ ਥੋੜੇ ਫੁੱਟਦੇ। ਅੱਜ ਵਾਂਗੂ ਤੇ ਆ ਰਹੀ ਸੀ ਵਟਸਐਪ ਤੇ ਮਿੰਟ ਮੈਸੇਜ ਚੱਲ ਜਾਏ, ਸੁਣਿਆ ਵੀ ਇਹ ਢੋਲ ਪਰ ਉਹ ਕੌਣ ਸੀ? ਉਹ ਸਿੱਖ ਸੀ ਮੋਤੀ ਰਾਮ ਮਹਿਰਾ। ਸਾਰੇ ਘਰ ਦੇ ਗਹਿਣੇ ਵੇਚਦੇ, ਸਾਰਾ ਪਰਿਵਾਰ ਕੋਹਲੂ ਵਿੱਚ ਪੀੜਿਆ ਗਿਆ ਤੇ ਸੇਵਾ ਦੁੱਧ ਦੀ ਕਰਕੇ ਸ਼ਾਂਤੀ ਮਿਲੀ। ਕੌਣ ਸੀ? ਗੁਰੂ ਗੋਬਿੰਦ ਸਿੰਘ ਸਾਰਿਆਂ ਦੇ ਸਾਂਝੇ ਸੀ। ਗਨੀ ਖਾਨ ਨਵੀ ਖਾਨ ਮਹਾਰਾਜ ਦੇ ਹਿੰਦੂ ਵੀਰ ਵੀ ਮੁਸਲਮਾਨ ਵੀਰ ਵੀ ਸਿੱਖ ਅਸੀਂ ਤੇ ਹੈ ਹੀ ਉਹਦੇ, ਉਹ ਵੀ ਪੂਰੇ ਆਸ਼ਕ ਹੋਏ ਗਏ। ਪੀਰ ਜੀ ਕਹਿੰਦੇ ਵੀ ਮੈਂ ਆਪਣੀ ਰਮਜ ਦਾ ਸਵਾਲ ਸੀ ਮੈਨੂੰ ਜਵਾਬ ਮਿਲ ਗਏ ਸਾਰਿਆਂ ਦੇ। ਪੰਜ ਸੱਤ ਮਿੰਟ ਟਿਕਾਓ ਦੇਣਾ। ਹਾਂ ਹਾਂ ਗੁਰ ਗੋਬਿੰਦ ਪਰਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਗੁਰੂ ਗੋਬਿੰਦ ਪਾ
ਭਾਈ ਨੰਦ ਲਾਲ ਜੀ ਨੇ ਅਜੀਬ ਜੀ ਗੱਲ ਖੋਲੀ, ਬੜਾ ਮਜ਼ਾ ਆਉਂਦਾ ਉਹਨਾਂ ਦੀ ਗੱਲ ਸੁਣਨ। ਉਹ ਕਹਿੰਦੇ ਸਹੀ ਮੈਣੇ ਵਿੱਚ ਰੱਬ ਦਾ ਦਿਲ ਕੀਤਾ, ਇੱਕ ਵਾਰੀ ਮੈਂ ਸ਼ੀਸ਼ਾ ਵੇਖਾਂ ਆਖੋ ਸਾਹਿਬ ਦਾ ਰੱਬ ਦਾ ਦਿਲ ਕੀਤਾ ਹੋਣਾ, ਆਪਣਾ ਵੀ ਕਰਦਾ ਨਾ ਦਸਤਾਰ ਕਿਹੋ ਜਿਹੀ ਬੰਦੀ ਕਿਸ ਤਰ੍ਹਾਂ ਦਾ ਕਿਵੇਂ। ਭਾਈ ਨੰਦ ਲਾਲ ਕਹਿੰਦੇ ਰੱਬ ਦਾ ਦਿਲ ਕੀਤਾ ਮੈਂ ਸ਼ੀਸ਼ਾ ਦੇਖਾਂ ਵੀ ਮੈਂ ਕਿਹੋ ਜਾਵਾਂ। ਤੇ ਭਾਈ ਨੰਦ ਲਾਲ ਕਹਿੰਦੇ ਓਏ ਜਦੋਂ ਰੱਬ ਦਾ ਦਿਲ ਕੀਤਾ ਮੈਂ ਸ਼ੀਸ਼ਾ ਵੇਖਾਂ, ਉਹਨਾਂ ਨੇ ਰੂਪ ਧਾਰਿਆ ਗੁਰੂ ਗੋਬਿੰਦ ਸਿੰਘ ਜੀ। ਆਖੋ ਸਤਨਾਮ ਸ੍ਰੀ ਆਇਨਾ ਦਿਲ ਕੀਤਾ ਸ਼ੀਸ਼ਾ ਵੇਖਣ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਧਾਰਿਆ। ਕੋਸਾ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਖਾਲਸੋ ਬਿਕਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਗੁਰ ਗੋਬਿੰਦ ਕਿਤਾਬ ਨੂੰ ਸ਼੍ਰੋਮਣੀ ਕਮੇਟੀ ਨੇ ਮਨਜ਼ੂਰੀ ਦਿੱਤੀ, ਉਹਨਾਂ ਦੇ ਸਟਾਲਾਂ ਦੇ ਦੁਕਾਨਾਂ ਤੇ ਵੀ ਮਿਲਦੀ। ਉਹ
ਲਿਖਦੇ ਆ ਕਿਸ ਸ਼ਾਨ ਕਾ ਰੁਤਬਾ, ਰੁਤਬਾ ਹੁੰਦਾ ਜੀ ਕਿਸੇ ਚੀਜ਼ ਦਾ ਰੁਤਬਾ ਦੇਣਾ। ਗੁਰੂ ਗੋਬਿੰਦ ਸਿੰਘ ਤੁਹਾਨੂੰ ਮੈਂ ਸੰਤ ਕਵਾਂ, ਬ੍ਰਹਮ ਗਿਆਨੀ ਕਵਾਂ, ਕੀ ਕਵਾਂ, ਕਿਹਦੇ ਨਾਲ ਰੁਤਬਾ ਦਿਆਂ? ਸੋਚ ਸੋਚ ਕੇ ਅੱਲਾ ਯਾਰ ਖਾਂ ਯੋਗੀ ਕਹਿੰਦੇ, ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲਾ ਗਨੀ ਹੈ, ਕਿਹਦੇ ਨਾਲ ਰੁਤਬਾ ਦਿਆਂ? ਤੂੰ ਅੱਲਾ ਹੀ ਆਖੋ ਸਤ, ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲਾ ਗਨੀ ਹੈ, ਮਸਕੀਨ ਗਰੀਬੋ ਮੇਂ ਦਲੇਰੋ ਮੇਂ ਜਰੀ ਹੈ। ਕੋਈ ਜੇ ਮੈਂ ਨਿਮਰਤਾ ਵਾਲਿਆਂ ਦੀ ਗਿਣਤੀ ਕਰਾਂ ਤੇ ਤੂੰ ਤਾਂ ਵੀ ਧੰਨ ਹੈ, ਦਲੇਰਾਂ ਦੀ ਕਰਾਂ ਤੇ ਤਾਂ ਵੀ ਧੰਨ ਹੈ। ਕੋਈ ਨੀਵੀਂ ਜਾਤ ਦਾ ਸੀ, ਦੂਜੇ ਉਹਦੀ ਕਿਰਤ ਸੀ ਤੇ ਬਾਹਰ ਬਹਿਣਾ ਉਹਨੇ ਨਾਲ, ਅੰਦਰ ਨਾ ਆਉਣਾ। ਚਾਰ ਪੰਜ ਦਿਨ ਵੇਖਦੇ ਰਹੇ ਮੇਰੇ ਮਹਾਰਾਜ ਜੀ, ਤੁਹਾਡੇ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ, ਛੇਵੇਂ ਦਿਨ ਪੁੱਛ ਲਿਆ ਵੀ ਤੂੰ ਅੰਦਰ ਨਹੀਂ ਪਾਈ। ਕਹਿੰਦਾ ਜੀ ਮੈਂ ਨੀਵੀਂ ਜਾਤ ਹਾਂ। ਮਹਾਰਾਜ ਨੇ ਇਹਨਾਂ ਦੋਵੇਂ ਬਾਵਾਂ ਖੋਲ ਲਈਆਂ, ਕਹਿੰਦੇ ਫਿਰ ਮੇਰੇ ਗਲੇ ਲੱਗ ਜਾ, ਆਖੋ ਸਤਨਾ, ਗਲੇ ਲਾ ਕੇ ਕਹਿੰਦੇ ਕੀ ਨਾਮ ਤੇਰਾ? ਕਹਿੰਦੇ ਜੀ ਕਲਾਲ। ਗੁਰੂ ਗੋਬਿੰਦ ਸਿੰਘ ਮੁੱਖ ਚੋਂ ਕਹਿੰਦੇ ਕਲਾਲ ਗੁਰੂ ਕਾ ਲਾਲ, ਇਹ ਹੈ ਮਸਕੀਨ ਗਰੀਬਾਂ ਵਿੱਚ ਨਿਮਰਤਾ ਦੀ ਵੀ ਕੋਈ ਹੱਦ ਬੰਨਾ ਨਹੀਂ ਤੇ ਦਲੇਰੀ ਦਾ। ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲਾ ਗਨੀ ਹੈ, ਮਸਕੀਨ ਗਰੀਬੋ ਮੇਂ ਦਲੇਰੋ ਮੇਂ ਚਰੀ ਹੈ, ਅੰਗਦ ਹੈ ਅਮਰਦਾਸ ਅਰਜਨ ਵੀ ਤੂੰ ਹੀ ਹੈ, ਨਾਨਕ ਸੇ ਲੇਕਰ ਤੇਗ ਬਹਾਦਰ ਤੂੰ ਸਭੀ ਹੈ। ਤੀਰਥ ਨਹੀਂ ਕੋਈ, ਇਹ ਲਾਈਨਾਂ ਹੋਰ ਵੱਡੀਆਂ, ਗੱਜ ਕੇ ਜਕਾਰਾ ਦੇਣਾ ਸੁਣਨ ਤੋਂ ਬਾਅਦ। ਤੀਰਥ ਨਹੀਂ ਕੋਈ ਰੂਹੇ ਰੋਸ਼ਨ ਕੇ ਬਰਾਬਰ, ਕਿੱਡਾ ਵੱਡਾ ਅਰਥ ਇਹਦਾ, ਜਿਸ ਸਤਸੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਉਸਤਤ ਹੋ ਰਹੀ ਹੈ, ਉਸ ਤੋਂ ਵੱਡਾ ਤੀਰਥ ਹੀ ਕੋਈ ਨਹੀਂ, ਤੋਂ ਵੱਡਾ ਤੀਰਥ ਹੀ ਕੋਈ ਨਹੀਂ। ਤੀਰਥ ਨਹੀਂ ਕੋਈ ਰੂਹੇ ਰੋਸ਼ਨ ਕੇ ਬਰਾਬਰ, ਦਰਸ਼ਨ ਤੇਰੇ ਦਸ ਗੁਰੂਆਂ ਕੇ ਬਰਾਬਰ, ਗੁਰੂ ਗੋਬਿੰਦ ਪਰ ਬ੍ਰਹਮ ਪੂਰਾ, ਗੁਰੂ ਗੋਬਿੰਦ ਪਰ ਬ੍ਰਹਮ ਪੂਰਾ, ਬੋਲੋ ਗੁਰੂ ਗੋਬਿੰਦ।
ਜਸ਼ਨ ਮੇਰਾ ਅਨਕ ਰਾਜ ਭੋਗ ਰਸ ਮਣੀ ਨਾਥ ਪੀਪ ਵਾਸਾ ਤੇਰਾ ਸਤਿਗੁਰ ਪਰਮੇਸ਼ਰ ਮੇਰਾ ਸਤਿਗੁਰ ਪਰਮੇਸ਼ਰ ਮੇਰਾ ਦਿਲ ਕਰਦਾ ਸੀ ਲਾਲਾ ਦੌਲਤ ਰਾਏ ਆਰੀਆ ਸਮਾਜੀ ਉਹਨੇ ਉਹਦੀ ਵੀ ਕਿਤਾਬ ਸਾਹਿਬ ਕਮਾਲ ਗੁਰੂ ਗੋਬਿੰਦ ਸ਼੍ਰੋਮਣੀ ਕਮੇਟੀ ਦੀਆਂ ਸ਼ੌਕ ਹੁਣ ਸਮਾਂ ਘੱਟ ਹੈ ਜੀ ਅਖੀਰ ਤੇ ਆਇਆ ਨਾਲੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੇ ਹੈ ਬੱਚੇ ਪ੍ਰਮਾਣ ਦੇ ਰਹੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਬਾਬਾ ਜੀ ਸਾਰਿਆਂ ਨੂੰ ਕੋਈ ਉੱਠੇ ਨਾ ਜੀ ਸਾਰੇ ਬਹਿ ਜਾਓ ਤਿੰਨ ਚਾਰ ਮਿੰਟ ਚ ਭੋਗ ਪੈਣ ਲੱਗਾ ਹੁਣ ਸਾਰੀ ਗੱਲ ਮੰਨ ਲਓ ਅੱਜ ਤੁਸੀਂ ਪੱਕੇ ਹੋ ਅੱਜ ਤੋਂ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਰਮੇਸ਼ੁਰ ਵੇਖਣਾ ਮੇਰੇ ਲਈ ਉਹੀ ਨੇ ਸਭ ਕੁਝ ਗੱਡੀ ਸਹੀ ਚਲਾਉਣੀ ਸੜਕ ਤੇ ਜਾ ਰਹੇ ਹੋ ਗੱਡੀ ਸਹੀ ਚਲਾਉਣੀ ਹੈ ਪਰ ਕਈ ਵਾਰੀ ਅੱਗੋਂ ਗੱਡੀ ਅਪਸੈਟ ਹੁੰਦੀ ਉਹਨੂੰ ਵੀ ਸੰਭਾਲਣਾ ਆਖੋ ਸਾਹਿਬ ਇਹ ਧਿਆਨ ਰੱਖਿਆ ਕੋਈ ਅੱਗੋਂ ਗੱਡੀ ਗਲਤ ਆ ਰਹੀ ਹੋਵੇ ਆਪਣੀ ਨੂੰ ਕੰਟਰੋਲ ਕਰਨਾ ਪੈਂਦਾ ਨਹੀਂ ਤੇ ਜੇ ਆਪਣੀ ਆਊਟ ਆਫ ਕੰਟਰੋਲ ਹੋ ਹੀ ਜਾਈ ਉਹਦੀ ਨੁਕਸਾਨ ਹੁੰਦਾ ਤੁਸੀਂ ਅੱਜ ਇਹਦੇ ਵਿੱਚ ਗੱਡੀ ਸਿੱਧੀ ਕਰ ਲਈ ਲਾਈਵ ਪ੍ਰੋਗਰਾਮ ਜਾ ਰਿਹਾ ਹਜ਼ਾਰਾਂ ਸਰੀਰ ਘਰ ਆਨੰਦ ਮਾਣ ਰਹੇ ਹੈ ਤੁਸੀਂ ਗੱਡੀ ਸਿੱਧੀ ਕਰ ਲਈ ਵੀ ਹੁਣ ਭਟਕਣਾ ਖਤਮ ਮੇਰੇ ਗੁਰੂ ਗ੍ਰੰਥ ਸਾਹਿਬ ਫਿਰ ਭਾਈ ਨੰਦ ਲਾਲ ਜੀ ਫਿਰ ਲਾਲਾ ਦੌਲਤ ਰਾਏ ਲਾ ਯਾਰ ਜੋ ਵੀ ਹੋਰ ਦਲੀਲ ਹੁਣ ਅੱਗੋਂ ਗੱਡੀ ਦਾ ਕੋਈ ਗਲਤ ਆ ਜੇ ਧਿਆਨ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਕ ਬੀਬੀ ਹੋਈ ਹੈ ਸੁਗੜ ਬਾਈ ਇਹਨੂੰ ਭਾਈ ਨੰਦ ਲਾਲ ਜੀ ਦੀ ਵੀ ਸੰਗਤ ਹੋਈ ਭਾਈ ਨੰਦ ਲਾਲ ਜੀ ਪਿੱਛੋਂ ਵੀਰ ਮਾਇਆ ਲਿਆ ਆਨੰਦਪੁਰ ਸਾਹਿਬ ਵੀ ਰਹਿਣ ਵਾਸਤੇ ਸੋਹਣੇ ਪ੍ਰਬੰਧ ਆਪਣੇ ਵੀ ਹੋਏ ਇਕਾਗਰਤਾ ਚਾਹੀਦੀ ਸੀ ਇੰਨੀ ਲਿਖਤ ਉਹਨਾਂ ਦੀ ਪਿਆਰ ਵਾਲੀ ਹਰਿਮੰਦਰ ਸਾਹਿਬ ਦੇ ਅੰਦਰ ਪੜੀ ਜਾਂਦੀ ਉਹ ਬੀਬੀ ਸੁਗੜ ਬਾਈ ਗੁਰੂ ਗੋਬਿੰਦ ਸਿੰਘ ਤੇ ਪਰਮੇਸ਼ਰ ਭਾਵਨਾ ਰੱਖਦੀ ਸੀ ਹੁਣ ਅੱਗੋਂ ਗੱਡੀ ਆ ਗਈ ਗਲਤ ਉਹ ਕਹਿੰਦੇ ਉਹ ਬੀਬੀ ਤੂੰ ਕੀ ਹਰ ਵੇਲੇ ਕਹਿੰਦੀ ਗੁਰੂ ਗੋਬਿੰਦ ਸਿੰਘ ਮੇਰੇ ਮੁਰਾਰੀ ਨੇ ਮੇਰੇ ਬੀਠਲ ਨੇ ਮੇਰੇ ਪਾਰਵਾਨ ਨੇ ਪਰਮੇਸ਼ਰ ਨੇ ਤੈਨੂੰ ਪਤਾ ਉਹ ਕਹਿੰਦੀ ਕੀ
ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਆਖੋ ਸਤਨਾਮ। ਆ ਬਸ ਸੁਣ ਕੇ ਵੀ ਜੇ ਗੁਰੂ ਗੋਬਿੰਦ ਸਿੰਘ ਪਰਮੇਸ਼ਰ ਕਹਾਂਗੇ ਤੇ ਨਰਕ ਹੁਣ ਤੁਹਾਡੀ ਗੱਡੀ ਲੈਣ ਤੇ ਪੈ ਜੇ ਤੇ ਕੋਈ ਤੁਹਾਨੂੰ ਕਵੇ ਫਿਰ ਆਪਣਾ ਕੰਮ ਹਿੱਲ ਜਾਂਦਾ ਉਹ ਕਿਤੇ ਨਰਕ ਨਾ ਮਿਲ ਜਾਣ ਆਖੋ ਸਤਨਾਮ। ਪਰ ਮੈਂ ਕਹਿੰਦਾ ਮੈਂ ਭਾਈ ਵੀਰ ਸਿੰਘ ਨੂੰ ਪੜ੍ਹਿਆ ਐਡੀ ਬੈਟਰੀ ਚਾਰਜ ਬੀਬੀ ਦੀ ਉਹ ਜਿਹਨਾਂ ਨੇ ਕਿਹਾ ਨਾ ਗੁਰੂ ਗੋਬਿੰਦ ਸਿੰਘ ਪਰਮੇਸ਼ਰ ਕਹੇਗੀ ਨਰਕ ਉਹ ਕੋ ਬੀਬੀ ਨੇ ਜਵਾਬ ਹੀ ਦਿੱਤਾ ਸੁਣਿਓ ਜਰਾ ਭਾਈ ਵੀਰ ਸਿੰਘ ਨੇ ਲਿਖਿਆ ਹੱਸ ਪਈ ਅੱਛਾ ਨਰਕ ਮਿਲਣਗੇ ਹਾਂ ਬੀਬੀ ਨਰਕ ਉਹ ਕਹਿੰਦੀ ਮੈਂ ਤੇ ਆਵਾਜ਼ਾਂ ਮਾਰਦੀ ਹੱਕ ਸਾਧਨ ਭਾਈ ਵੀਰ ਸਿੰਘ ਨੇ ਲਿਖਿਆ ਬੀਬੀ ਕਹਿੰਦੀ ਆ ਨਰਕ ਤੈਨੂੰ ਵਾਜਾ ਮਾਰਦੀ ਆ ਨਰਕ ਤੈਨੂੰ ਵਾਜਾ ਮੈਂ ਨਰਕ ਵੀ ਵਾਜਾ ਮਾਰਦੀ ਆ ਨਰਕ ਤੈਨੂੰ ਮੈਂ ਵਾਜਾ ਮਾਰਦੀ ਤੈਨੂੰ ਵਾਜਾ ਪਈ ਮੈਂ ਮਾਰਦੀ ਆਕੇ ਸੁਣ ਲੈ ਗੱਲ ਗੋਬਿੰਦ ਦੇ ਪਿਆਰ ਦੀ ਓਏ ਆਕੇ ਸੁਣ ਲੈ ਗੱਲ ਗੋਬਿੰਦ ਦੇ ਪਿਆਰ ਦੀ ਆ ਨਰਕ ਤੈਨੂੰ ਵਾਜਾ ਪਈ ਮੈਂ ਗੱਲ ਬੜੀ ਕਮਾਲ ਦੀ ਹੈ ਜਿਹੜੀ ਅਗਲੀ ਲੈਨ ਬੀਬੀ ਦੀ ਹੋਰ ਅਗਲੀ ਪੌੜੀ ਆ ਨਰਕ ਆ ਭਾਵੇਂ ਸੌ ਵਾਰੀ ਆ ਇੱਥੇ ਬੈਟਰੀ ਆ ਦਾੜੀ ਨੀ ਨਰਕ ਆ ਨਰਕ ਆ ਭਾਵੇਂ ਸੌ ਵਾਰੀ ਆ ਹੁਣ ਮੈਂ ਕੱਲੀ ਨਹੀਂ ਮੇਰੇ ਨਾਲ ਹੈ ਗੋਬਿੰਦ ਸ਼ਾਵਾਂ ਦਾ ਸ਼ਾ ਕੱਲੀ ਥੋੜੀ ਆ ਨਰਕ ਆ ਭਾਵੇਂ ਸੌ ਵਾਰੀ ਆ ਹੁਣ ਮੈਂ ਕੱਲੀ ਨਹੀਂ ਮੇਰੇ ਨਾਲ ਹੈ ਗੋਬਿੰਦ ਸ਼ਾਵਾਂ ਦਾ ਸ਼ਾ ਅਗਲੀ ਹੋਰ ਪੌੜੀ ਉੱਚੀ ਇਹ ਬੀਬੀ ਨਰਕ ਨੂੰ ਕੀ ਕਹਿੰਦੀ ਹੈ ਮੰਨ ਲਓ ਮੈਂ ਗੁਰੂ ਗੋਬਿੰਦ ਸਿੰਘ ਤੇ ਪਰਮੇਸ਼ਰ ਭਾਵਨਾ ਰੱਖੀ ਮੰਨ ਲਓ ਮੈਂ ਨਰਕਾਂ ਚਲੀ ਗਈ ਚਲੀ ਗਈ ਤੇ ਨਰਕ ਤੈਨੂੰ ਪਤਾ ਜਦੋਂ ਮੈਂ ਨਰਕਾਂ 'ਚ ਗਈ ਜਦੋਂ ਮੈਂ ਹਿਰਦੇ 'ਚ ਪਾਇਆ ਉਹਨੇ ਨਾਲ ਹੀ ਜਾਣਾ ਆਖੋ ਸਭ ਜਦੋਂ ਮੈਂ ਆਪਣੇ ਸੀਨੇ ਵਿੱਚ ਗੋਬਿੰਦ ਨੂੰ ਨਾਲ ਲੈ ਕੇ ਆਵਾਂਗੀ ਨਰਕ ਜਦੋਂ ਮੈਂ ਆਪਣੇ ਸੀਨੇ ਵਿੱਚ ਗੋਬਿੰਦ ਨੂੰ ਨਾਲ ਲੈ ਕੇ ਆਵਾਂਗੀ
ਵੀ ਜਦੋਂ ਮੈਂ ਨਰਕਾਂ ਜਾਣਾ ਮੇਰੇ ਹਿਰਦੇ ਬੈਠਾ ਉਹ ਵੀ ਨਾਲ ਹੀ ਆਉਣਗੇ। ਤੁਸੀਂ ਕਿਉਂ ਮਹਾਂਪੁਰਸ਼ਾਂ ਦੇ ਚਰਨ ਘਰ ਪਾਉਂਦੇ? ਉਹ ਕਮਾਈ ਕਰ ਕਰਕੇ ਫਿਰ ਨਾਲ ਹੁੰਦਾ ਸਾਈ, ਉਹਦੇ ਹੀ ਚਰਨ ਪੈ ਜਾਂਦੇ। ਜਦੋਂ ਮੈਂ ਆਪਣੇ ਸੀਨੇ ਵਿੱਚ ਗੋਬਿੰਦ ਨੂੰ ਨਾਲ ਲੈ ਕੇ ਆਵਾਂਗੀ, ਉਹ ਨਰਕ ਤੂੰ ਵੀ ਬਖਸ਼ਿਆ ਜਾਏਗਾ, ਤੇਰੀ ਖਲਕਤ ਵੀ ਬਖਸ਼ਾਵਾਂਗੀ। ਜਗਾਰਾ ਦੇਊਗਾ ਜੀ ਬੋਲੇ ਘੜੀ ਕੇ ਸਿਮਰਣੇ ਪਾਪੀ ਤਰੇ, ਧੰਨ ਧੰਨ ਰਾਜਾ ਜਨਕ ਹੈ ਜਿਹਨ ਸਿਮਰਨ ਕੀ ਹੋ। ਫਿਰ ਭਾਈ ਗੁਰਦਾਸ ਜੀ ਨੇ ਲਿਖਿਆ ਗਹਿਣੇ ਧਰੀਆਂ, ਇੱਕ ਘੜੀ ਦਾ ਸਿਮਰਨ ਰਾਜਾ ਜਨਕ ਨੇ ਦਿੱਤਾ ਨਹੀਂ, ਆਪਣਾ ਗਹਿਣੇ ਧਰਿਆ। ਆਪੋ ਸਾਧਨਾ ਤੁਹਾਡਾ ਹੱਥ ਟਾਇਟ ਹੋਵੇ ਤੇ ਕਈ ਵਾਰੀ ਕਈ ਗਹਿਣਾ ਵੇਚ ਦਿੰਦੇ ਆ ਤੇ ਕਈ ਸੋਨਾ ਜਾਂ ਗਹਿਣਾ ਗਹਿਣੇ ਰੱਖ ਦਿੰਦੇ ਆ। ਜਦੋਂ ਹੱਥ ਖੁੱਲ ਗਿਆ ਛਡਾ ਲਾਂਗੇ, ਥੋੜਾ ਵਿਆਜ ਦੇ ਦਾਂਗੇ। ਤੇ ਭਾਈ ਗੁਰਦਾਸ ਜੀ ਕਹਿੰਦੇ ਰਾਜਾ ਜਨਕ ਨੇ ਗਹਿਣੇ ਧਰਿਆ, ਗਹਿਣੇ ਧਰੀਆਂ ਨਾਮ ਇੱਕ, ਸਭ ਦੀ ਬੰਦ ਖੁਲਾਸੀ ਕੀਤੀ, ਉਹਨਾਂ ਨੂੰ ਨਾਮ ਜਪਾ ਕੇ ਫਿਰ ਕੋਟਾ ਪੂਰਾ ਕਰਤਾ। ਆਖੋ ਸਾਧਨਾ ਉਹ ਬੀਬੀ ਦੀ ਕਿੱਡੀ ਤਕੜੀ ਭਾਵਨਾ ਵੀ ਮੈਂ ਮੰਨ ਲਓ ਨਰਕਾਂ ਨੂੰ ਗਈ, ਉਹ ਅੰਦਰ ਦੇ ਗੋਬਿੰਦ ਮੇਰੇ ਹਿਰਦੇ 'ਚ ਬੈਠਾ ਨਾ, ਜਦੋਂ ਉਹ ਵੀ ਮੇਰੇ ਨਾਲ ਤੇਰੇ ਕੋਲ ਆ ਗਿਆ ਤੇ ਨਰਕ ਤੂੰ ਵੀ ਬਖਸ਼ਿਆ ਜਾਏਗਾ, ਜਿੰਨੇ ਨਰਕਾਂ 'ਚ ਡਿੱਗੇ ਨੇ ਉਹ ਵੀ ਬਖਸ਼ੇ ਜਾਣਗੇ। ਹੁਣ ਤੁਸੀਂ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਤੇ ਹਮ ਕਹੋ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਬੀਰ ਜੀ ਕਹਿੰਦੇ ਆਪਾਂ ਨਰਕਾਂ ਨੂੰ ਵੀ ਲੱਤ ਮਾਰਦੇ ਹਾਂ, ਸਵਰਗਾਂ ਨੂੰ ਵੀ, ਸਾਨੂੰ ਗੁਰ ਪ੍ਰਸਾਦ ਚਾਹੀਦਾ। ਆਖੋ ਸਾਧਨਾ ਹਮ ਕਾਹੂ ਕੀ ਕਾਣ ਨਾ ਕੱਢਦੇ, ਆਪਣੇ ਗੁਰ ਪ੍ਰਸਾਦ। ਹੁਣ ਇੱਕ ਅੱਧੇ ਮਿੰਟ ਦੀ ਗੱਲ ਸੁਣ ਲਓ, ਬਾਬਾ ਈਸ਼ਵਰ ਸਿੰਘ ਜੀ ਕਲੇਰਾਂ ਵਾਲਿਆਂ ਦੀ ਵੀ ਭਾਵਨਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਮੇਸ਼ਰ ਸੀ। ਉਹਨਾਂ ਨੂੰ ਵੀ ਕਿਸੇ ਕੱਟੜ ਬੰਦੇ ਨੇ ਕਹਿ ਮਹਾਰਾਜ ਮਹਾਰਾਜ ਨੇ ਆਪ ਜਾ ਰਿਹਾ ਜਮ ਜੋ ਹਮਕੋ ਪਰਮੇਸ਼ਰ ਉਜਰ ਹੈ, ਤੇ ਬਾਬਾ ਜੀ ਨੇ ਸਮਝਾਇਆ ਵੀ ਇਹ ਮਹਾਰਾਜ ਨੇ ਲੀਕ ਖਿੱਚੀ ਹੈ, ਉਹਨਾਂ ਦੀ ਨਿਮਰਤਾ ਵੀ ਕਿਹੜਾ ਡਰ ਕੇ ਪਿੱਛੇ ਰਹਿੰਦਾ ਤੇ ਖੇੜਾ ਕੇ ਆਉਂਦਾ। ਕਹਿੰਦਾ ਨਹੀਂ ਮਹਾਰਾਜ ਨੇ ਕਿਹਾ ਤੇ ਫਿਰ ਜਾਣਾ ਹੀ ਪਊਗਾ। ਬਾਬਾ ਈਸ਼ਰ ਸਿੰਘ ਜੀ ਵੀ ਨਾ ਕਹਿੰਦੇ ਹੁਣ ਸ਼ਾਦੀ ਤੇ, ਕਹਿੰਦੇ ਡਟ ਕੇ ਪਰਮੇਸ਼ਰ ਕਹਾਂਗੇ, ਡਟ ਕੇ ਪਰਮੇਸ਼ਰ ਕਹਾਂਗੇ। ਵੱਧ ਤੋਂ ਵੱਧ ਕੀ ਹੋਊਗਾ, ਨਰਕ ਮਿਲ ਜਾਣਗੇ, ਨਰਕਾਂ 'ਚ ਜਾ ਕੇ ਇੰਨਾ ਹੀ ਕਹਿ ਦਾਂਗੇ ਨਾ ਗੁਰੂ ਗੋਬਿੰਦ ਸਿੰਘ ਤੂੰ ਪਰਮੇਸ਼ਰ ਹੈ, ਨਰਕ ਵੀ ਠੰਡੇ ਹੋ ਜਾਣਗੇ, ਉਹ ਵੀ ਠੰਡੇ। ਸਤਿ ਸ੍ਰੀ ਅਕਾਲ। ਦੇਖੋ